ਜਾਂਦੇ ਵੇਲੇ ਨੇ ਕਹਿੰਦੇ ਵੀ ਸਾਡੇ ਕੋਲ ਰਾਮ ਨੀ ਪਟਦਾ 21 ਦਿਨ ਰਾਮ ਨੀ ਪਟਦਾ ਕਹਿੰਦੇ ਅਸੀਂ ਵੇਲੇ ਨੀ ਰਹਿ ਸਕਦੇ ਮੈਂ ਭੈਣਾਂ ਨੂੰ ਬੇਨਤੀ ਕਰਨਾ ਚਾਹੁੰਦਾ ਕੰਮ ਲਾਓ ਇਹਨਾਂ ਨੂੰ ਘਰ ਦੀਆਂ ਸਫਾਈਆਂ ਕਰਾਓ ਛੱਤਾਂ ਸਾਫ਼ ਕਰਾਓ ਰੈਲਿੰਗ ਸਾਫ਼ ਕਰਾਓ ਭਾਂਡੇ ਧੋਆ ਕੱਪੜੇ ਧੋਆ ਇਹਨਾਂ ਤੋਂ ਘਰ ਦੀ ਸਫਾਈ ਹੋਵੇਗੀ ਨਾਲੇ ਕੋਰੋਨਾ ਵਾਇਰਸ ਦੀ ਸਫਾਈ ਹੋਵੇਗੀ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਕੋਰੋਨਾ ਵਾਇਰਸ ਕਰਕੇ ਸਾਰੇ ਪਾਸੇ ਕਰਫਿਊ ਲੱਗਿਆ ਹੋਇਆ ਤੇ ਸਾਰੇ ਕਾਰਪੋਰੇਟ ਸੈਕਟਰ ਵੀ ਬੰਦ ਕਰ ਦਿੱਤੇ ਗਏ ਨੇ ਜਿਸ ਕਰਕੇ ਕੰਮਾਂ ਕਾਰਾਂ ਵਾਲੇ ਬੰਦੇ ਘਰ ਵਿਹਲੇ ਬੈਠੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਘਰ ਬੈਠੇ ਬੋਰ ਹੋ ਰਹੇ ਹਾਂ ਤਾਂ ASI ਪਵਨ ਕੁਮਾਰ ਨੇ ਮਾਈਕ ਫੜ ਕੇ ਸਾਰੀਆਂ ਔਰਤਾਂ ਨੂੰ ਕਿਹਾ ਕਿ ਉਹਨਾਂ ਵਿਹਲਿਆਂ ਤੋਂ ਕੰਮ ਲਵੋ ਝਾੜੂ ਪੋਚਾ ਕਰਵਾਓ ਤਾਂ ਜੋ ਤੁਹਾਨੂੰ ਕਿਤੇ ਅੱਗੇ ਜਾਣਾ ਵੀ ਪਵੇ ਤਾਂ ਤੁਹਾਨੂੰ ਰੋਟੀ ਟੁੱਕ ਦੀ ਫਿਕਰ ਨਹੀਂ ਹੋਵੇਗੀ ਕਿਉਂਕਿ ਇਹਨਾਂ ਨੂੰ 21 ਦਿਨਾਂ ਦਾ ਐਕਸਪੀਰੀਅੰਸ ਜੋ ਹੋ ਚੁੱਕਿਆ ਹੋ ਆਓ ਵਿਖਾਉਂਦੇ ਹਾਂ ਪੂਰੀ ਵੀਡੀਓ ਭੈਣਾਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਜਿਹੜਾ ਕੋਰੋਨਾ ਵਾਇਰਸ ਦੀ ਬਿਮਾਰੀ ਬਹੁਤ ਚੱਲੀ ਹੋਈ ਆ ਤੁਹਾਨੂੰ ਪਤਾ ਵੀ ਪ੍ਰਧਾਨ ਮੰਤਰੀ ਮੁੱਖ ਮੰਤਰੀ ਹੋਰ ਸਟੇਟਾਂ ਦੇ ਮੁੱਖ ਮੰਤਰੀ ਅਪੀਲ ਕਰ ਰਹੇ ਨੇ ਬਾਕੀ ਇਟਲੀ ਦੀ ਤੁਸੀਂ ਵੇਖ ਹੀ ਲਿਓ ਕਿੰਨੀਆਂ ਡੈਡ ਬੋਡੀਆਂ ਲੇਕਿਨ ਮੈਂ ASI ਪਵਨ ਕੁਮਾਰ ਬੇਨਤੀ ਕਰਨਾ ਚਾਹੁੰਦਾ ਭੈਣਾਂ ਨੂੰ ਵੀ ਇਹ ਜਿਹੜੇ ਬੰਦੇ ਵਿਹਲੇ ਨੇ ਕਹਿੰਦੇ ਵੀ ਸਾਡੇ ਕੋਲ ਰਾਮ ਨੀ ਪਟਦਾ 21 ਦਿਨ ਰਾਮ ਨੀ ਪਜਦਾ ਕਹਿੰਦੇ ਅਸੀਂ ਵਿਹਲੇ ਨੀ ਰਹਿ ਸਕਦੇ ਮੈਂ ਭੈਣਾਂ ਨੂੰ ਬੇਨਤੀ ਕਰਨਾ ਚਾਹੁੰਦਾ ਕੰਮ ਲਾਓ ਇਹਨਾਂ ਨੂੰ ਘਰ ਦੀਆਂ ਸਫਾਈਆਂ ਕਰਾਓ ਛੱਤਾਂ ਸਾਫ ਕਰਾਓ ਰੈਲਿੰਗ ਸਾਫ ਕਰਾਓ ਭਾਂਡੇ ਧੋਆ ਕੱਪੜੇ ਧੋਆ ਇਹਨਾਂ ਤੋਂ ਘਰ ਦੀ ਸਫਾਈ ਹੋਵੇਗੀ ਨਾਲੇ ਕੋਰੋਨਾ ਵਾਇਰਸ ਦੀ ਸਫਾਈ ਹੋਵੇਗੀ ਤੇ ਨਾਲੇ ਇਹਨਾਂ ਦੀ ਵੀ ਸਫਾਈ ਹੋਵੇਗੀ ਨਾਲੇ ਰੋਟੀ ਪਕਾਉਣੀ ਸਿੱਖ ਜਾਣਗੇ 21 ਦਿਨ ਕੱਲ ਨੂੰ ਮੇਰੀ ਭੈਣਾਂ ਨੂੰ ਕਿਸੇ ਪਾਸੇ ਜਾਣਾ ਪਏ ਫਿਕਰ ਨੀ ਹੋਏਗਾ ਮੇਰੀ ਭੈਣਾਂ ਨੂੰ ਵੀ ਪਿੱਛੋਂ ਰੋਟੀ ਪਕਾ ਲੈਣਗੇ ਕਿਉਂਕਿ 21 ਦਿਨ ਦਾ ਤਜਰਬਾ ਇਹਨਾਂ ਨੂੰ ਹੋ ਜਾਏਗਾ ਮੈਂ ਭੈਣਾਂ ਨੂੰ ਬੇਨਤੀ ਕਰਨਾ ਚਾਹੁੰਦਾ ਜਿਹੜੀਆਂ ਭੈਣਾਂ ਮੇਰੇ ਸਹਿਮਤ ਨੇ ਭਾਰਤ ਮਾਤਾ ਕੀ ਸਾਰੇ ਬੋਲੋ ਜਿਹੜੀ ਮੇਰੇ ਭੈਣਾਂ ਸਹਿਮਤ ਇਹਨਾਂ ਨੂੰ ਕੰਮ ਲਾ ਅੰਦਰ ਤੁਸੀਂ ਦੱਸੋ ਬਾਹਰ ਆਏ ਆਣਗੇ ਤਾਂ ਅਸੀਂ ਦੱਸਾਂਗੇ ਲੋ ਕੰਮ ਇਹਨਾਂ ਨੂੰ ਬੋਲੋ ਵੇਖੋ ਇਹਨਾਂ ਦੀ ਟੂਈਆਂ ਸਿੱਧੀਆਂ ਹੁੰਦੀਆਂ ਕਿ ਨਹੀਂ ਹੁੰਦੀਆਂ ਕਰਾਓ ਕੰਮ ਇਹਨਾਂ ਤੋਂ ਭੈਣਾਂ ਜਿਹੜੇ ਭੈਣਾਂ ਸਹਿਮਤ ਨੇ ਹੱਥ ਖੜਾ ਕਰਾਂ ਮੇਰੀਆਂ ਕਰਾਓ ਕਰਾਓ ਕੰਮ ਕਰਾਓ ਮੇਰੀਆਂ ਭੈਣਾਂ ਉਹਨਾਂ ਤੋਂ ਇਹ ਵਿਹਲੇ ਫਿਰਦੇ ਪਏ ਨੇ ਕਮਾਲ ਦੀ ਗੱਲ ਦੱਸੋ ਤੁਸੀਂ ਕੰਮ ਲੱਗਦੀ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੇ ਪ੍ਰਮਾਤਮਾ ਨੇ ਇਹਨਾਂ ਨੂੰ 21 ਦਿਨ ਦੇ ਆਰਾਮ ਕਰਨ ਦਿੱਤਾ ਕਹਿੰਦੇ ਨਹੀਂ ਸਾਨੂੰ ਆਰਾਮ ਪਾਜਾ ਤੂੰ ਭੈਣਾ ਬਹਿ ਜਾਓ ਆਰਾਮ ਨਾਲ ਲਾਓ ਕੰਮ ਇਹਨਾਂ ਨੂੰ ਕਰੋ ਜਦੋਂ ਭੈਣਾਂ ਨੂੰ ਵੀ ਇਹ ਜਿਹੜੇ ਬੰਦੇ ਵਿਹਲੇ ਨੇ ਕਹਿੰਦੇ ਵੀ ਸਾਡੇ ਕੋਲ ਰਾਮ ਨੀ ਪਟਦਾ 21 ਦਿਨ ਰਾਮ ਨੀ ਪਟਦਾ ਕਹਿੰਦੇ ਅਸੀਂ ਵਿਹਲੇ ਨੀ ਰਹਿ ਸਕਦੇ ਮੈਂ ਭੈਣਾਂ ਨੂੰ ਬੇਨਤੀ ਕਰਨਾ ਚਾਹੁੰਦਾ ਕੰਮ ਲਾਓ ਇਹਨਾਂ ਨੂੰ ਘਰ ਦੀਆਂ ਸਫਾਈਆਂ ਕਰਾਓ ਛੱਤਾਂ ਸਾਫ਼ ਕਰਾਓ ਰੈਲਿੰਗ ਸਾਫ਼ ਕਰਾਓ ਭਾਂਡੇ ਧੋਆ ਕੱਪੜੇ ਧੋਆ ਇਹਨਾਂ ਤੋਂ ਘਰ ਦੀ ਸਫਾਈ ਹੋਵੇਗੀ ਨਾਲੇ ਕੋਰੋਨਾ ਵਾਇਰਸ ਦੀ ਸਫਾਈ ਹੋਵੇਗੀ